ਰੱਖਿਆ ਖੋਜ ਤੇ ਵਿਕਾਸ ਸੰਗਠਨ ਡੀ ਆਰ ਡੀ ਓ ਨੇ ਰਾਜਸਥਾਨ ਦੇ ਪੋਖਰਨ ਫੀਲਡ ਫਾਇਰਿੰਗ ਰੇਂਜ ਵਿੱਚ ਟੈਂਕ ਨੂੰ ਨਸ਼ਟ ਕਰਨ ਵਾਲੀ ਗਾਈਡਡ ਮਿਜ਼ਾਈਲ ਦਾ ਸਫਲ ਪਰਖਣ ਕੀਤਾ ਫੌਜ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੀਤੇ ਗਏ ਪਰਖਣ ਦੌਰਾਨ ਮਿਜ਼ਾਈਲ ਅਤੇ ਵਾਰਹੈਡ ਦਾ ਪ੍ਰਦਰਸ਼ਨ ਮਿਆਰਾਂ ਮੁਤਾਬਕ ਟੁਕਵਾ ਰਿਹਾ ਪਰਖਣ ਦੌਰਾਨ ਮਿਜ਼ਾਈਲ ਨੇ ਸਫਲਤਾਪੂਰਵਕ ਨਿਸ਼ਾਨੇ ਨੂੰ ਫੁੰਡਿਆ ਇਹ ਮਿਸਾਈਲ ਤੀਜੀ ਪੀੜ੍ਹੀ ਦੀ ਸਵਦੇਸ਼ੀ ਮੇਨ ਪੋਰਟੇਬਲ ਐਂਟੀ ਟੈਗ ਗਾਈਡਡ ਮਿਸਾਈਲ ਹੈ ਇਸ ਦਾ ਕੁੱਲ ਵਜ਼ਨ 14 ਕਿਲੋਗ੍ਰam ਹੈ ਅਤੇ ਇਸ ਦੀ ਸਮਰੱਥਾ ਲਗਭਗ 22 ਕਿਲੋਮੀਟਰ ਹੈ ਹੁਣ ਤੱਕ ਇਸ ਮਿਸਾਈਲ ਦੇ ਪੰਜ ਪਰਖਣ ਕੀਤੇ ਜਾ ਚੁੱਕੇ ਨੇ